ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ ਮੇਰਾ ਨਾਮ ਹੈ ਜੀ ਅਰਜੁਨ ਸਿੰਘ ਅਤੇ ਮੈਂ ਆਸ ਕਰਦਾ ਤੁਸੀਂ ਸਾਰੇ ਚੜ੍ਹਦੀ ਕਲਾ ਵਿੱਚ ਹੋਵੋਗੇ ਅੱਜ ਦਾ ਦਿਨ ਸ਼ੁਰੂਆਤ ਕੀਤੀ ਹੈ ਜੀ ਗੁਰਦੁਆਰਾ ਸਾਹਿਬ ਤੋਂ ਅਤੇ ਸਾਡੇ ਨਾਲ ਗੁਰਪ੍ਰੀਤ ਸਿੰਘ ਹੈ ਜੀ ਵਾਹਿਗੁਰੂ ਜੀ ਫਤਿਹ ਅਤੇ ਨਾਲ ਹੈਗੇ ਜੀ ਅਵਨੀਤ ਸਿੰਘ ਹਾਂਜੀ ਭਾਅ ਅਤੇ ਅਸੀਂ ਹੁਣ ਚੱਲੇ ਹਾਂ ਜੀ ਬਾਬਰ ਮਾਲ ਅਤੇ ਉਸ ਤੋਂ ਬਾਅਦ ਤੁਹਾਨੂੰ ਸ਼ੋਰਟਸ ਦਿਖਾਉਂਦੇ ਹਾਂ ਸਾਰੇ ਆ ਗੁਰਪ੍ਰੀਤ ਜੀ ਚਾਹ ਵਾਲਾ ਕੀ ਚੱਕਰ ਹੈ ਜੀ ਇਹ ਭਾਅ ਜੀ ਉੱਧਰ ਸੀਨ ਦੇਖੋ ਤੁਸੀਂ ਉੱਧਰ ਮੇਰੀ ਬੱਸ ਆ ਰਹੀ ਸੀ ਉੱਧਰ ਧਿਆਨ ਮਾਰੋ ਮਾੜਾ ਕੈਮਰਾ ਘੁਮਾਓ ਅਤੇ ਉੱਧਰੋਂ ਬੱਸ ਆ ਰਹੀ ਸੀ ਅਤੇ ਗੁਰੂ ਘਰ ਪ੍ਰਸ਼ਾਦਾ ਛੱਕ ਕੇ ਚੱਲੀ ਸੀ ਮੈਂ ਕਿਹਾ ਨਾਲ ਚਾਹ ਹੋ ਜਾਵੇ ਮੌਸਮ ਬਹੁਤ ਘੈਂਟ ਕਿਆ ਬਾਤ ਹੈ ਅਤੇ ਜੀ ਬੱਸ 'ਚ ਬੈਠ ਚੁੱਕੇ ਹਾਂ ਜੀ ਅਤੇ ਆਪਾਂ ਚੱਲੇ ਹਾਂ ਜੀ ਹੁਣ ਬਾਬਰ ਮਾਲ ਅਤੇ ਅੱਗੇ ਤੁਹਾਨੂੰ ਵਿਊਜ਼ ਦਿਖਾਵਾਂਗੇ ਅਤੇ ਪਹੁੰਚ ਚੁੱਕੇ ਹਾਂ ਜੀ ਬਾਬਰ ਮਾਲ ਸਾਹਮਣੇ ਤੁਹਾਡੇ ਹੈਗਾ ਜੀ ਹਡਸਨ ਬੇ ਗੁਰਪ੍ਰੀਤ ਜੀ ਮੌਸਮ ਕਿੱਦਾਂ ਅੱਜ ਫਿਰ ਮੌਸਮ ਭਾਈ ਬਹੁਤ ਘੈਂਟ ਆ ਆਪਾਂ ਚੱਲੇ ਸੀ ਇੱਧਰ ਹਾਂ ਹਡਸਨ ਬੇ ਕੀ ਕੰਮ ਪੈ ਗਿਆ ਇੱਥੇ ਜੀ ਬੋਕਸਿੰਗ ਡੇ ਦੀ ਸੇਲ ਲੱਗੀ ਹੋਈ ਹੈ ਜੀ ਜਿੱਦਾਂ ਤੁਸੀਂ ਦੇਖ ਸਕਦੇ ਆ ਜਿੱਦਾਂ ਤੁਸੀਂ ਆਪਣਾ ਬਲੈਂਕਟਸ ਵਗੈਰਾ ਲੈਣੇ ਤਾਂ ਤੁਸੀਂ ਇੱਥੋਂ ਲੈ ਸਕਦੇ ਹੋ ਟਾਵਲਸ ਵਗੈਰਾ ਹੋ ਗਏ ਇਹ ਜਵੈਲਰੀ ਵਗੈਰਾ ਸਾਰੀ ਇੱਥੇ ਤੁਹਾਨੂੰ ਮਿਲ ਜਾਏਗੀ ਇਹ ਜੀ ਸਾਊਥ ਰੈਡੀਅਰ ਦਾ ਬਾਬਰ ਮਾਲ ਵਧੀਆ ਵਾ ਕਿਆ ਬਾਤ ਹੈ ਇੱਥੇ ਲੱਗੀ ਹੈ ਜੀ 30% ਸੇਲ $100 ਦੀ ਹੈਗੀ ਹੈ ਤੇ ਸੇਲ ਤੇ ਬੋਕਸਿੰਗ ਡੇ ਦੀ 29 ਦੀ $30 ਦੀ ਮਿਲ ਰਹੀ ਹੈ ਕਿਆ ਬਾਤ ਹੈ ਯਾਰ ਬਹੁਤ ਵਧੀਆ ਪ੍ਰਾਈਸ ਤੇ ਲੱਗੀ ਨੇ ਚੀਜ਼ਾਂ ਯਾਰ ਆਪਣਾ ਸਾਈਜ਼ ਵੀ ਹੈਗਾ ਇੰਗਰੀ ਉਹ ਦੇਖ ਰਹੇ ਨਹੀਂ ਕਿਹਾ ਤੇ ਆਪਣਾ ਸਾਈਜ਼ ਚ ਹੀ ਆ ਜਾਊਗੀ ਆਪਣਾ ਸਮਾਲ ਸਾਈਜ਼ ਤੇ ਮੈਨੂੰ ਤਾਂ ਆ ਜਾਊਗੀ ਫਿਰ ਹਡਸਨ ਬੇ ਦੇ ਵਿੱਚ ਅੱਜ ਜੀ ਸੇਲ ਲੱਗੀ ਹੋਈ ਹੈ ਕੁਛ ਤਾਂ ਪ੍ਰਾਈਸਿਸ ਜਿਹੜੇ ਨੇ ਉਹ ਬੋਕਸਿੰਗ ਡੇ ਤੋਂ ਪਹਿਲਾਂ ਹੀ ਇਹਨਾਂ ਨੇ ਪ੍ਰਾਈਸਿਸ ਜਿਹੜੇ ਰਿਵੀਲ ਕਰ ਦਿੱਤੇ ਆ ਬਾਕੀ ਪ੍ਰਾਈਸਿਸ ਜਿਹੜੇ ਨੇ ਬੋਕਸਿੰਗ ਡੇ 'ਤੇ ਵੀ ਕੁਛ ਘੱਟ ਹੋਣਗੇ ਭਾਅ ਜੀ ਜੈਕਟ ਇਹ ਪਰਫੈਕਟ ਆ ਸਾਈਡ ਤੋਂ ਕੰਪਨੀ ਦਿਖਾਈ ਮਾੜਾ ਸਹੀ ਹੈ ਭਾਅ ਜੀ ਬਹੁਤ ਵਧੀਆ ਡਨਾ ਓਕੇ ਦੋਸਤੋ ਜਿੱਦਾਂ ਤੁਸੀਂ ਦੇਖ ਸਕਦੇ ਆ ਇੱਥੇ ਵਿੰਟਰ ਜੈਕਟ ਦੀ ਵੀ ਸਾਰੀ ਸੇਲ ਲੱਗੀ ਹੋਈ ਆ ਟੋਮੀ ਹਿਲਫਿਗਰ ਦੀਆਂ ਅਤੇ
सारा सारी रेंज टॉमी हिलफिगर की जैकेट्स की आ नॉइज कोई कंपनी की जैकेट्स ने ਤੁਸੀਂ ਦੇਖ ਸਕਦੇ ਹੋ ਜੀ ਇੱਥੇ ਵਿੰਟਰ ਸ਼ੂਜ਼ ਪਏ ਨੇ ਜੀ ਸਨੋ ਸ਼ੂਜ਼ ਕੋਲੰਬੀਆ ਦੇ ਅਤੇ ਹੋਰ ਵੀ ਬ੍ਰਾਂਡਸ ਪਏ ਨੇ ਇੱਥੇ ਸਪੋਰਟਸ ਸ਼ੂਜ਼ ਵੀ ਪਏ ਨੇ ਅਤੇ ਪਿਊਮਾ ਵਗੈਰਾ ਅਤੇ ਐਡੀਡਾਸ ਦੇ ਤੁਹਾਨੂੰ ਸਾਰੇ ਹੀ ਬ੍ਰਾਂਡਸ ਦੇ ਇੱਥੇ ਸ਼ੂਜ਼ ਮਿਲ ਜਾਣਗੇ ਸਾਨੂੰ ਜੀ ਇੱਕ ਘੰਟੇ ਤੋਂ ਜ਼ਿਆਦਾ ਹੋ ਚੁੱਕਿਆ ਜੀ ਸ਼ੋਪਿੰਗ ਕਰਦੇ ਹਾਂ ਅਤੇ ਇਹਨਾਂ ਦੇ ਹਾਲੇ ਤੱਕ ਕੋਈ ਡਿਸਾਈਡ ਨਹੀਂ ਹੋਇਆ ਇਹਨਾਂ ਨੇ ਲੈਣਾ ਕੀ ਹੈ ਗਰੁੱਪ ਲੈਣਾ ਹੈ ਕੁਛ ਹੀ ਹੈ ਕਿੱਦਾਂ ਯਾਰ ਮੈਨੂੰ ਭਾਅ ਜੀ ਦੱਸੋ ਵੀ ਸਹੀ ਹੈ ਕਿ ਨਹੀਂ ਇਹ ਭਾਅ ਜੀ ਚੀਜ਼ਾਂ ਸਾਰੀਆਂ ਸੋਹਣੀਆਂ ਨੇ ਮੈਂ ਨਹੀਂ ਸੋਹਣਾ ਹੈਗਾ ਮੰਨਦਾ ਹੈ ਮੁੰਡਾ ਸਾਡੇ ਨਾਲ ਹੈਗੇ ਨੇ ਜੀ ਅੱਜ ਅਮਰਜੀਤ ਭਾਅ ਜੀ ਇਹ ਕਰਦੇ ਨੇ ਹਡਸਨ ਬੇ ਕੰਮ ਹਾਂਜੀ ਮੇਰੇ ਵੀਰੇ ਮੇਰੇ ਕੋਲ ਆਏ ਸੀ ਸ਼ੋਪਿੰਗ ਕਰਨ ਲਈ ਅੱਜ ਹਾਂਜੀ ਅਤੇ ਇਹਨਾਂ ਨਾਲ ਐਕਸਪੀਰੀਅੰਸ ਬਹੁਤ ਵਧੀਆ ਰਿਹਾ ਮੇਰਾ ਇਹਨਾਂ ਨੇ ਕਾਫੀ ਕਲੋਸ ਬਾਏ ਕੀਤੇ ਅੱਜ ਅਤੇ ਬਹੁਤ ਵਧੀਆ ਵੀਰ ਆਪਣਾ ਅਤੇ ਇਹਨਾਂ ਦਾ ਚੈਨਲ ਫੋਲੋ ਕਰੋ ਅਸੀਂ ਜੀ ਥੈਂਕ ਯੂ ਜੀ ਬਣਾਉਂਦੇ ਆ ਇਹ ਅਲਬਰਟਾ ਬਾਰੇ ਜੀ ਅਤੇ ਸਬਸਕ੍ਰਾਈਬ ਕਰੋ ਵੱਧ ਤੋਂ ਵੱਧ ਠੀਕ ਹੈ ਵੀਰ ਨੂੰ ਸਪੋਰਟ ਕਰੋ ਮੇਰੇ ਭਰਾ ਨੂੰ ਛੋਟੇ ਨੂੰ ਅਤੇ ਮੈਂ ਸੁਜੈਸਟ ਕਰਾਂਗਾ ਸਾਰੇ ਬੱਚਿਆਂ ਨੂੰ ਕਿ ਭਾਅ ਜੀ ਕੋਲ ਆਓ ਭਾਅ ਜੀ ਬਹੁਤ ਵਧੀਆ ਪ੍ਰਾਈਸ 'ਤੇ ਤੁਹਾਨੂੰ ਚੀਜ਼ਾਂ ਦਿਖਾਉਣਗੇ ਅਤੇ ਤੁਹਾਨੂੰ ਬਹੁਤ ਤਰੀਕੇ ਦੱਸਣਗੇ ਡਿਸਕਾਊਂਟ ਬਾਰੇ ਵੀ ਥੈਂਕ ਯੂ ਅਵਨੀਤ ਅਤੇ ਮੈਂ ਅੱਜ ਬਹੁਤ ਸਾਰੀ ਸ਼ੋਪਿੰਗ ਕਰ ਲਈ ਹੈ ਅਵਨੀਤ ਤੂੰ ਬੜਾ ਸਮਾਨ ਲੈ ਲਿਆ ਯਾਰ ਯਾਰ ਮੇਰੇ ਕੋਲ ਕੱਪੜੇ ਨਹੀਂ ਸੀਗੇ ਅਤੇ ਅੱਜ ਅਸੀਂ ਜੈਕਟਸ ਲਿੱਤੀਆਂ ਨੇ ਤਿੰਨ ਚਾਰ ਦੇ ਤੁਹਾਨੂੰ ਦਿਖਾਵਾਂਗੇ ਵੀ ਕਿੱਦਾਂ ਕਿੱਦਾਂ ਦੀ ਜੈਕਟਸ ਲਿੱਤੀਆਂ ਨੇ ਅਤੇ ਤੁਹਾਨੂੰ ਪ੍ਰਾਈਜ਼ ਵੀ ਦੱਸਾਂਗੇ ਡਿਸਕਾਊਂਟ ਤੋਂ ਬਾਅਦ ਕੀ 29 ਜੀ ਠੀਕ ਹੈ 16 ਉਹ ਤੋਂ ਪਤਾ ਹੀ ਰੱਖੂਗਾ ਅਤੇ ਅਸੀਂ ਜੀ ਸ਼ੋਪਿੰਗ ਅੱਜ ਕਰ ਲਈ ਹੈ ਅਤੇ ਜਿੱਦਾਂ ਤੁਸੀਂ ਦੇਖ ਸਕਦੇ ਹਾਂ ਅਤੇ ਹੁਣ ਅਸੀਂ ਚੱਲੇ ਹਾਂ ਜੀ ਫਰੀਡਮ ਮੋਬਾਈਲ ਅਤੇ ਫਰੀਡਮ ਮੋਬਾਈਲ 'ਤੇ ਮੈਨੂੰ ਥੋੜ੍ਹਾ ਜਿਹਾ ਕੰਮ ਹੈਗਾ ਅਤੇ ਤੁਹਾਨੂੰ ਦਿਖਾਉਂਦੇ ਹਾਂ ਜੀ ਫਰੀਡਮ ਦਾ ਸਟੋਰ ਕਿੱਦਾਂ ਦਾ ਵਾ ਬਾਬਰ ਮੋਲ ਦੇ ਵਿੱਚ ਜਿੱਦਾਂ ਕਿ ਤੁਸੀਂ ਅੱਗੇ ਦੇਖ ਸਕਦੇ ਹੋ ਤੁਹਾਡੇ ਸਾਹਮਣੇ ਫਰੀਡਮ ਦਾ ਸਟੋਰ ਆ ਚੁੱਕਿਆ ਜੀ ਅਤੇ ਹੈ ਜੀ ਫਰੀਡਮ ਸਟੋਰ ਰੈੱਡ ਈਅਰ ਦਾ ਅਤੇ ਇੱਥੇ ਸਾਡੇ ਭਾਅ ਜੀ ਵੀ ਕੰਮ ਕਰਦੇ ਨੇ ਤੁਸੀਂ ਦੇਖ ਸਕਦੇ ਜਿੱਦਾਂ ਇੱਥੋਂ ਹੀ ਜੀ ਫੋਨ ਵਗੈਰਾ ਜਿਵੇਂ ਸਟੂਡੈਂਟਸ ਨੂੰ ਵਧੀਆ ਪ੍ਰਾਈਜ਼ 'ਤੇ ਮਿਲ ਜਾਂਦੇ ਆ ਪਲੈਨਸ ਦੇ ਨਾਲ ਅਤੇ ਵਧੀਆ ਡੀਲਸ ਮਿਲ ਜਾਂਦੀਆਂ ਨੇ ਤੁਸੀਂ ਫੋਨ ਲੈਣਾ ਤਾਂ ਤੁਸੀਂ ਇੱਥੇ ਆ ਸਕਦੇ ਹੋ ਅਤੇ ਸਾਡੀ ਬੱਸ ਆ ਚੁੱਕੀ ਹੈ ਜੀ ਅਸੀਂ ਹੁਣ ਬੱਸ ਫੜ ਕੇ ਚੱਲੇ ਹਾਂ ਜੀ ਘਰ ਨੂੰ ਇਹ ਜੀ ਅਵਨੀਤ ਚੱਲਿਆ ਜੀ ਘਰ ਓਕੇ ਅਵਨੀਤ ਬਾਏ ਅਤੇ ਮੈਂ ਜੀ ਹੁਣ ਵਾਕ ਕਰਕੇ ਘਰ ਨੂੰ ਚੱਲਣਾ ਕਿਉਂਕਿ ਜਿਹੜੀ ਬੱਸ ਸੀਗੀ ਨੈਕਸਟ ਉਹ ਕਾਫੀ ਦੇਰ ਬਾਅਦ ਸੀਗੀ ਅਤੇ ਘਰ ਮੇਰਾ ਜ਼ਿਆਦਾ ਦੂਰ ਨਹੀਂ ਸੀ ਅਤੇ ਮੈਂ ਹੁਣ ਵਾਕ ਕਰਕੇ ਘਰ ਨੂੰ ਚੱਲਣਾ ਮੇਰੇ ਸਾਹਮਣੇ ਜੀ ਫਰੈਸ਼ਕੋ ਆਉਣ ਵਾਲਾ ਉਹ ਸਾਹਮਣੇ ਫਰੈਸ਼ਕੋ ਸਟੋਰ ਹੈਗਾ ਜੀ ਜਿਹੜਾ ਗਰੋਸਰੀ ਵਗੈਰਾ ਦਾ ਹੁੰਦਾ ਉਹ ਰਿਹਾ ਜੀ ਫਰੈਸ਼ਕੋ ਅਤੇ ਇਹ ਡਾਊਨ ਟਾਊਨ ਦੀ ਹੀ ਰੋਡ ਹੈ ਸਾਹਮਣੇ ਬੱਸ ਸਟੋਪ ਹੈ ਅਤੇ ਮੈਂ ਜੀ ਘਰ ਪਹੁੰਚ ਚੁੱਕਿਆ ਹਾਂ ਜੀ ਅਤੇ ਅੱਜ ਦੇ ਵਲੌਗ ਨੂੰ ਇੱਥੇ ਹੀ ਖਤਮ ਕਰਦੇ ਹਾਂ ਜੀ ਮੈਂ ਹੋਪ ਕਰਦਾ ਤੁਹਾਨੂੰ ਵੀਡੀਓ ਵਧੀਆ ਲੱਗਿਆ ਹੋਊਗਾ ਜੇ ਵੀਡੀਓ ਵਧੀਆ ਲੱਗਿਆ ਤਾਂ ਮੇਰੇ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਕਰੋ
ਤੇ ਵੀਡੀਓ ਨੂੰ ਲਾਈਕ ਕਰੋ ਤੇ ਤੁਸੀਂ ਮੇਰੇ ਵੀਡੀਓ ਤੇ ਪਲੀਜ਼ ਕਮੈਂਟ ਕਰੋ ਤੇ ਮੈਨੂੰ ਦੱਸੋ ਕਿ ਤੁਹਾਨੂੰ ਕਿਹੜੇ ਕਿਹੜੇ ਟੌਪਿਕਸ ਦੇ ਉੱਤੇ ਵੀਡੀਓ ਚਾਹੀਦੇ ਨੇ ਤੇ ਮੈਂ ਪੂਰੀ ਕੋਸ਼ਿਸ਼ ਕਰੂੰਗਾ ਉਹਨਾਂ ਟੌਪਿਕਸ ਨੂੰ ਕਵਰ ਕਰਨ ਦੀ।